लो जी, ऐसा जल्दी स्टार्ट हो गया। ਅਸੀਂ ਕਾਰਵਾਈ ਜੀ ਸਾਰਿਆਂ ਨੂੰ ਲਓ ਜੀ ਬਾਈ, ਅੱਜ ਕਰਨ ਲੱਗੇ ਹਾਂ ਮਸ਼ੀਨ ਦੀ ਮੜੀ। ਮੈਂ ਕਿਹਾ ਰਿਪੇਅਰ ਜੀ ਕਰ ਲਏ ਖੇਤ ਵੱਲ, ਅਤੇ ਵਿਹਲੇ ਜੇ ਹੋ ਗਏ ਅਤੇ ਮੀਂਹ ਪੈ ਗਿਆ, ਅਤੇ ਮੀਂਹ ਨਾਲ ਚਲੋ ਆਪਣਾ ਕਣਕ ਦਾ ਥੋੜ੍ਹਾ ਬਚਾਅ ਹੋ ਗਿਆ। ਕਈ ਜਗ੍ਹਾ ਤਾਂ ਬਾਈ ਬਹੁਤ ਬੁਰਾ ਹਾਲ ਕਰਿਆ, ਤੁਸੀਂ ਦੇਖਿਆ ਹੈ ਕਿ ਲੰਬੀ ਵਾਰ ਸੰਗਰੂਰ ਵਾਰ ਕਿਵੇਂ ਗੜੇ ਗੁੜੇ ਪਏ ਆ, ਬੁਰਾ ਹਾਲ ਕਰਤਾ ਕਣਕਾਂ ਦਾ ਆਪਣੇ। ਚਲੋ ਇੰਨਾ ਉਹਦਾ ਬਚਾਅ ਹੋ ਗਿਆ ਜੀ, ਥੋੜ੍ਹੀ ਬਹੁਤੀ ਮਾੜੀ ਮੋਟੀ ਕਿਤੇ ਕਿਤੇ ਕੋਈ ਟੇਢੀ ਹੋਈ ਹੈ, ਨਹੀਂ ਤਾਂ ਨਹੀਂ ਉਹ ਵੀ, ਜੇ ਕਿਸੇ ਨੇ ਤਾਜ਼ਾ ਪਾਣੀ ਲਾਇਆ ਹੋਇਆ, ਨਹੀਂ ਤਾਂ ਕਣਕਾਂ ਦਾ ਬਚਾਅ ਹੋ ਗਿਆ ਆਪਣੇ ਵੱਲ। ਅਤੇ ਖੇਤ 'ਚ ਹਾਲੇ ਗਿੱਲਾ ਜਿਹਾ ਆ, ਵਿਹਲੇ ਜੇ। ਮੈਂ ਕਿਹਾ ਚਲੋ ਆ ਹੁਣ ਇਹਦੇ ਆ ਵੀ ਵਿਹਲੇ ਹੀ ਆ, ਜਸ਼ਨ ਨਾਲ ਹੀ ਉਹ ਖਿੱਚਣ ਲੱਗਿਆ ਹੁਣ ਗੋਹਾ। ਮੈਂ ਕਿਹਾ ਅੱਜ ਨੌਕਰ ਨੂੰ ਵੀ ਇਹਦੇ ਵੀ ਪੇਪਰ ਹੋ ਰਹੇ, ਛੁੱਟੀ ਆ। ਮੈਂ ਕਿਹਾ ਇਹਦੇ ਅੱਜ ਨਟ ਖੋਲਦੇ ਹਾਂ, ਇਹਨੇ ਬਲੇਟਾਂ ਦੇ ਨਟ ਖੋਲ ਲਏ। ਬਾਕੀ ਹੋਰ ਤਾਂ ਇਹਦਾ ਸਾਰਾ ਕੁਛ ਤਕਰੀਬਨ ਓਕੇ ਜੇ। ਇੱਕ ਥੋੜ੍ਹੀ ਰੀਲ ਜੇ ਦਾ ਤੰਗ ਕਰਦੀ ਸੀ, ਉਹ ਵੀ ਦੇਖਾਂਗੇ ਬਾਅਦ 'ਚ। ਅਤੇ ਹੁਣ ਇਹਦੀ ਮੜੀ ਵਿਹਲੇ ਹੀ, ਅਤੇ ਮੈਂ ਕਿਹਾ ਇਹਦੇ ਨਟ ਬਦਲੋ, ਇਹਨੇ ਉਹ ਬਦਲਦੇ ਆਪਾਂ ਬਲੇਟ, ਜਿਹੜੇ ਨਵਿਆਂ ਨੇ ਨਵੇਂ ਲਿਆਉਂਦੇ, ਨਹੀਂ ਤਾਂ ਫਿਰ ਜਿਹੜੇ ਹਾਲੇ ਉਹੀ ਪੁਰਾਣੇ ਘੁੰਮਾ ਦੇਵੇ, ਜਿਹੜੇ ਦੂਜੇ ਆ। ਅਤੇ ਇੰਨੇ ਕੰਮ ਮੈਂ ਕਿਹਾ ਇਹਨਾਂ ਨੂੰ ਲਾਈਏ, ਵਿਹਲੇ ਰਹਿੰਦੇ ਆ, ਫਿਰ ਕੋਈ ਕੰਮ ਨਹੀਂ ਹੈਗਾ ਹਾਲੇ। ਇਹਦੇ ਕਰਦੇ ਹਾਂ ਅੱਜ ਰਿਪੇਅਰ ਮਾੜੀ ਮੋਟੀ। ਗੁਰਪ੍ਰੀਤ ਨੂੰ ਵੀ ਕਿਹਾ ਤਾਂ, ਕਹਿੰਦਾ ਦੱਸ ਦਿਓ, ਉਹ ਬਾਅਦ 'ਚ ਕਰਦੇ, ਪਹਿਲਾਂ ਅੱਜ ਪਲੇਟਾਂ ਦਾ ਹੀ ਦੇਖਦੇ ਹਾਂ। ਉਹ ਹੈਗੀ ਆਪਣੇ ਕੋਲ ਗੰਨ, ਉਹਦੇ ਨਾਲ ਵੀ ਖੁੱਲ ਜਾਣੇ, ਦੇਖਦੇ ਹਾਂ। ਜੇ ਉਹ ਪੈ ਗਈ ਤਾਂ ਬੜਾ ਹੀ ਸੌਖਾ ਕੰਮ ਹੋ ਜਾਣਾ, ਜੇ ਗੰਨ ਵਾਲਾ ਕੰਮ ਹੋ ਗਿਆ ਰੋਟ। ਬਾਕੀ ਇਹਨੂੰ ਕਰਦੇ ਹਾਂ, ਬਾਹਰ ਕੱਢਦੇ ਹਾਂ, ਉਹਦੇ ਨਾਲ ਰੋਟਾਵੇਟਰ ਪਾਇਆ ਹੋਇਆ ਮਹਿੰਦਰੇ ਨਾਲੇ, ਕੱਢਦੇ ਹਾਂ ਵੀ ਕਈ ਦਿਨ ਹੋ ਗਏ ਛੇੜੇ ਹੀ ਨਹੀਂ। ਧੱਕਾ ਲੱਗਣਾ ਯਾਰ ਮਹਿੰਦਰੇ ਨੂੰ, ਹਾਂ ਬੈਟਰੀ ਡੈਡ ਹੋ ਗਈ ਮੈਨੂੰ ਲੱਗਦਾ, ਉਹਦੀ ਤਾਰ ਦੂਜੀ ਜਿਹੜੀ ਅੱਗੇ ਜੁੜੀ ਵੀ ਰਹਿ ਗਈ, ਉਹ ਕਰਦੇ ਆਪਾਂ ਇਹਦੇ ਨਾਲ ਖਿੱਚੜੀਏ, ਇਹਦੇ ਨਾਲ ਲੱਗ ਜਾਣਾ ਪਿੱਛੇ ਨੂੰ ਰੁੜ ਜਾਣਾ। ਕਿੰਨਾ ਉਹ ਕਰਿਆ ਪਿਆ, ਉੱਥੇ ਬੈਠਦੀਆਂ ਗਟਾਰਾਂ ਗਟੂਰਾਂ ਦੇਖਾਂ, ਬਿੱਠਾ ਕਰ ਸਾਰਾ ਭਰਤਾ, ਪਾਸੇ ਕਰਨਾ ਪੈਣਾ। ਦੂਈ ਮਸ਼ੀਨ ਵੀ ਥੋੜੀ ਇੱਧਰ ਨੂੰ ਲਵਾ ਦਿਓ, ਇੱਧਰ ਕਿੰਨੀ ਜਗ੍ਹਾ ਛੱਡੀ। ਰੁੜ ਜਾਣਾ ਚਲੋ ਨਾ, ਹੈਲੋ ਜੀ, ਇਹਦਾ ਜਦੋਂ ਸਟਾਰਟ ਹੋ ਗਿਆ। ਉਰੇ ਦੇ ਉਰੇ ਹੀ ਆਇਆ ਅਜੇ,
ਕਿਆ ਲੈ ਕੇ ਆਏ ਥੱਲੇ ਆ ਨਾ
ਮਸ਼ੀਨ ਖੜਾ ਦਿੱਤੀ ਇੱਧਰ ਅਤੇ ਗੰਨ ਨਾਲ ਦੇਖਣ ਲੱਗੇ ਤੇ ਲੋਟ ਨਹੀਂ ਆਉਂਦਾ ਇਹਦੇ ਨਾਲ, ਪੈਣਾ ਨਹੀਂ ਹੈਗਾ ਇਹ ਹੱਥੀ, ਇਹਨੂੰ ਤਾਂ ਪੈ ਜੂਗਾ ਇੱਕ ਦੋ ਨੂੰ ਤਾਂ ਪੈ ਜੂਗਾ, ਉਹ ਤੋਂ ਬਾਅਦ ਫਿਰ ਇਹਦੇ ਅੱਗ ਦੇ ਵਿੱਚ ਨਹੀਂ ਪੈਣਾ ਇਹ। ਹੁਣ ਦੇਖ ਖੁੱਲ੍ਹੇ ਅਤੇ ਸ਼ਾਇਦ, ਪਰ ਨਹੀਂ ਮਸ਼ੀਨ ਲੱਗੂਗੀ ਨਾਲ, ਇਹਦਾ ਕੋਈ ਪਤਾ ਨਹੀਂ। ਪੰਗਾ ਪੈਣਾ ਪੋਲੂਸ਼ਨ ਦਾ, ਘੁੰਮਦਾ ਉੱਧਰ ਚਾਬੀ ਪੈਣੀ ਹੈ, ਚਾਬੀ ਪੈਣੀ ਹੈ ਪੂਰੀ ਤਰ੍ਹਾਂ ਦੇ ਚਾਬੀਆਂ ਕੱਢ ਕੇ, ਇਹ ਵੀ ਨਹੀਂ ਖੁੱਲ੍ਹ ਸਕਦਾ ਹੈਂ, ਇਹ ਵੀ ਨਹੀਂ ਖੁੱਲ੍ਹ ਰਿਹਾ, ਇਹਦੇ ਮੁੰਡੇ ਉੱਪਰ ਨੂੰ ਘੁੰਮ ਕੇ ਹੋ ਜਾਣਾ ਅੱਗੇ ਤੇ ਵਾਪਸ ਕਰ ਕੱਢ ਕੇ, ਪਰ ਬਾਈ ਨਹੀਂ ਗੰਨ ਵਾਲਾ ਕੰਮ ਚੱਲਣਾ ਨਹੀਂ, ਉਹਦੇ ਪੈਂਦੀ ਨਹੀਂ ਨਾ ਵਿੱਚੇ ਤਾਂ ਪਾਨੇ ਚਾਬੀਆਂ ਨਾਲ ਖੋਲ੍ਹਣਾ। ਚਲੋ ਇੰਨਾ ਸ਼ੁਕਰ ਇਹਦੇ ਡਬਲ ਹੈ, ਦੋ ਦੋ ਪਲੇਟ ਇੱਕ ਨਾਲ ਦੋ, ਜਸ਼ਨ ਬਹਿ ਜਾਓ ਫਿਰ ਫੱਟਾ ਰੱਖ ਕੇ ਪੁੱਤ, ਜਸ਼ਨ ਨੇ ਤਾਂ ਮਸ਼ੀਨ ਕਰਕੇ ਉੱਠ ਕੇ ਆਇਆ ਤਾ ਫਟਾਫਟ, ਮੈਂ ਖੋਲ੍ਹਦੇ ਮਿੰਟ 'ਚ ਮੈਂ ਖੋਲੂੰਗਾ। ਜਸ਼ਨ ਜਿਹੜੇ ਤਾਂ ਪਲੇਟ ਆਹ ਬਿਲਕੁਲ ਖਰਾਬ ਹੋ ਗਏ, ਇਹ ਪਾਸੇ ਕਵਾੜ 'ਚ ਗਿਰਨ, ਆਹ ਨਵੇਂ ਪਲੇਟ ਪਿਛਲੀ ਵਾਰ ਲਾਏ ਤੇ ਘੁਮਾ ਕੇ ਲਾਉਣੇ ਆ ਇਹ, ਠੀਕ ਆ ਇਹ ਘੁਮਾ ਕੇ ਜਦੇ ਪਾ ਦਿਓ ਆਹਦੇ ਆਹ ਲੈਣ ਤਕਰੀਬਨ ਉਹ ਉੱਥੇ ਤੱਕ ਠੀਕ ਹੈ, ਪੁੱਠੀ ਘੁਮਾ ਕੇ ਪੈ ਜਾਣੀ ਇਹ, ਉਹੀ ਬਲੇਟ ਖੋਲ੍ਹੇ ਉਹੀ ਘੁਮਾ ਕੇ ਪਾ ਤੇ, ਆਹ ਬਲੇਟ ਹੀ 'ਚੋਂ ਕੱਢ ਹੋਣਾ, ਉਹ ਆਪਣਾ ਨਵਾਂ ਲੱਗ ਕੇ ਕੋਈ ਪੇ ਹੋਣੇ ਉਹਦੇ ਦੇਖਦੇ ਮੈਂ ਨਵੇਂ ਪਾ ਤੇ, ਨਹੀਂ ਤਾਂ ਆਪਣੇ ਜਿੰਨੇ ਹੈਗੇ ਆ ਪਾ ਕੇ ਨਵੇਂ ਫਿਰ ਲਿਆ ਹੋਊਂਗੇ। ਜਾਲ ਵੈਸੇ ਠੀਕ ਆ ਬਾਈ, ਜਾਲ ਤਾਂ ਜਾਲ ਨੂੰ ਇੰਨਾ ਕੋਈ ਨਹੀਂ ਹੋਇਆ। ਚੱਲ ਫਿਰ ਲੈ ਲਿਆ ਉਹਦੇ ਕੋਈ ਰੱਖ ਲਾ, ਠੀਕ ਆ ਬਾਬਾ, ਕੋਈ ਮੁੰਡਾ ਵਿੜ ਗਿਆ ਹੁਣ ਦੇਖਦੇ ਹਾਂ ਸ਼ਾਮ ਤੱਕ ਕਿੰਨੇ ਖੋਲੋ, ਸਾਰੇ ਦੱਸੂਗੇ ਤੇ ਵੀ ਕਿੰਨੀ ਪਲੇਟਾਂ ਖੋਲਤੀਆਂ ਮੁੰਡੇ ਨੇ। ਬਹੁਤ ਤਾਂ ਇਹਨੂੰ ਸਾਰਾ ਸਮਾਨ ਪਹਿਲਾਂ ਪਜਾਇਆ, ਬਾਲਟੀ ਨਟ ਪਾਉਣੇ ਨੂੰ, ਤਸਲਾ ਆਹ ਕਰਨੇ ਨੂੰ, ਦੋ ਦੋ ਚਾਬੀਆਂ ਕਿਤੇ ਭੱਜ ਨਾ ਜਾਵੇ ਵੀ ਆਹ ਨਹੀਂ ਲੱਗੀ ਉਹ ਨਹੀਂ ਲੱਗੀ, ਸਾਰਾ ਸਮਾਨ ਇਹਦੇ ਕੋਲ ਪਜਾ ਦੇ, ਇੱਕ 17 ਨੰਬਰ ਦੀ ਇੱਕ ਹੋਰ ਚਾਬੀ ਵੀ ਪਜਾਉਣੀ ਇਹਨੂੰ, ਕਿਤੇ ਕਹੇ ਵੀ ਆਹ ਲੱਗੀ ਨਹੀਂ ਹੈਗੀ ਉਹ ਵੀ ਪਜਾਉਂਦਾ ਇਹਨੂੰ, ਵੈਸੇ ਤਾਂ ਸਾਰਾ ਹੈ ਓਕੇ ਹੈ, ਬਾਕੀ ਦੇਖਦੇ ਹਾਂ ਇਹ ਕਿੰਨੀ ਕੁ ਸੱਟ ਕੁੱਟ ਖਾਂਦਾ, ਕਿਉਂ ਪਲੇਟ ਤਾਂ ਲੱਗਣਾ ਕੋਈ ਨਾ ਕੋਈ। ਉਹ ਮੁੰਡਾ ਵਿੜਿਆ ਹੋਇਆ ਹੁਣ, ਨਹੀਂ ਆਲੇ ਦੁਆਲੇ ਨੂੰ ਨੱਠੀ ਜਾਂਦਾ ਤਾਂ ਕੰਮ ਤੇ ਲਾਤਾ, ਘੰਟੇ 'ਚ ਖੋਲ੍ਹਦੇ ਅੱਠ ਲੈਣਾ ਦੇਖਦਾ ਵੀ ਅੱਧੀਆਂ ਖੋਲ੍ਹਦੇ, 8-16 ਹੋਣੀਆਂ ਜਿਵੇਂ ਕਹਿੰਦਾ, ਐਵੇਂ 16 ਆਈ ਜਿਵੇਂ ਆਹ ਇੱਕ ਲੈਣ, ਐਵੇਂ 16 ਆ ਜੀ, 16 ਲੈਣਾ ਅੱਠ ਲੈ ਲਾ, 8 'ਚ ਕਿੰਨੇ ਹੋ ਗਏ ਇਹ, 1, 2, 3, 4, 5, 6, 7, 8, 9, 1, 2, 3, 4, 5, 6, 7, 8, 18 ਨਾਟ ਹੈ, 18 ਨਾਟ ਹੈ ਇੱਕ 'ਚ, ਦੂਰ ਬਹੁਤ ਆ ਹੋਰਾਂ ਮਸ਼ੀਨਾਂ ਤੇ ਬਾਈ, ਥੋੜੇ ਨੇੜੇ ਨੇੜੇ ਡਬਲ ਬਰੇਟ ਕਰਕੇ ਬਹੁਤ ਸੌਖਾ ਇਹਦਾ, ਟੋਟਲ 162 ਕਾਹਨੂੰ 8 ਲੈਣਾ 162 ਨਾਟ ਆ,
ਖੋਲਦੇ ਮੁੰਡੇ ਨੇ ਐਸਾ ਨੀ ਦੱਬਦਾ ਇਹਨੂੰ ਵੀ ਦਿਖਾਉਣਾ ਪੈਣਾ ਇਹਦੀ ਸੁੱਚ ਪਤਾ ਨੀ ਖਰਾਬ ਹੋ ਗਈ ਬਈ ਖੇਤ 'ਚ ਆਇਆ ਹੋਇਆ ਤਾਂ ਅਤੇ ਜਿਹੜੇ ਮੱਕੀ ਬੀਜੀ ਹੋਈ ਜਿੱਥੇ ਅਤੇ ਪਹਿਲਾਂ ਪਾਣੀ ਲਾ ਤਾ ਫਿਰ ਮੀਂਹ ਪੈ ਗਿਆ ਡਬਲ ਅਤੇ ਬਾਕੀ ਹੁਣ ਫਿਰ ਮੌਸਮ ਜਿਹਾ ਖਰਾਬ ਹੋ ਗਿਆ ਦੇਖੋ ਬੱਦਲਬਾਜ਼ੀ ਜੀ ਵਾਂਗ ਹੋਇਆ ਪਿਆ ਜੇ ਹੁਣ ਨਾ ਪਵੇ ਤਾਂ ਚੰਗੀ ਗੱਲ ਹੈ ਫਿਰ ਤਾਂ ਹੋ ਵੀ ਜਾਊਗੀ ਨਹੀਂ ਤਾਂ ਫਿਰ ਮੱਕੀ ਨੂੰ ਵੀ ਥੋੜ੍ਹਾ ਔਖਾ ਕਰੂਗਾ ਇਹ ਕਿਉਂ ਇਹਨੇ ਠੰਡਿਆ ਜਾਣਾ ਥੋੜ੍ਹੀ ਗਰਮਾਇਸ਼ ਦੇ ਵਿੱਚੋਂ ਨਿਕਲਣੇ ਅਤੇ ਬਾਕੀ ਪਾਣੀ ਤਾਂ ਵੈਸੇ ਹੈ ਨਹੀਂ ਖੜ੍ਹਿਆ ਨਹੀਂ ਵੱਟਾਂ 'ਚ ਦੇਖੋ ਢਾਹ ਪਈਆਂ ਦੇਖੋ ਪਾਣੀ ਤਾਂ ਨਹੀਂ ਹੈਗਾ ਪਾਣੀ ਤਾਂ ਥੱਲੇ ਥੱਲੇ ਹੈ ਪਰ ਫਿਰ ਵੀ ਉੱਪਰ ਤੇ ਦੇਖੋ ਮੌਸਮ ਕਿਵੇਂ ਖਰਾਬ ਜਿਹਾ ਹੋਇਆ ਪਿਆ ਦੁਪਹਿਰ ਦਾ ਟਾਈਮ ਹੈ ਐਂ ਹੋਇਆ ਪਿਆ ਵੀ ਜਿਵੇਂ ਮੀਂਹ ਆਉਣ ਨੂੰ ਤਿਆਰ ਹੁੰਦਾ ਬਾਕੀ ਆਹ ਵੀਰ ਨੇ ਇੱਧਰ ਖਾਲ ਸਾਫ ਕਰਤੀ ਪਤਾ ਨਹੀਂ ਕੋਈ ਕੱਖਾਂ ਵਾਲੇ ਲੈ ਕੇ ਗਿਆ ਪਤਾ ਨਹੀਂ ਵੀਰੇ ਵੱਢ ਕੇ ਲੈ ਕੇ ਗਿਆ ਅੱਖ ਬਹੁਤ ਆ ਉਰੇ ਅਤੇ ਆਹ ਵੀਰ ਨੇ ਕਰਜ ਜਸਵੰਤ ਵੀਰ ਨੇ ਟਰਾਲੀ ਭਰੀ ਸੀ ਗੰਨੇ ਦੀ ਕੱਲ੍ਹ ਮੈਨੂੰ ਲੱਗਦਾ ਉੱਥੇ ਫਸਿਆ ਵਾ ਵੀ ਹੈਗਾ ਪਰਲੀ ਸਾਈਡ ਜਿਹੜਾ ਆਪਣਾ ਰਸਤਾ ਗੰਨਾ ਬੀਜਣ ਨੂੰ ਉੱਧਰ ਨੂੰ ਉਹ ਭਰ ਕੇ ਖੜਾਈ ਹੋਈ ਆ ਦੇਖਦੇ ਇੱਕ ਅੱਧਾ ਦਾਣਾ ਪੱਟ ਕੇ ਬਾਕੀ ਆਹ ਡੰਡੇ ਗੜਤੇ ਉਰੇ ਹੁਣ ਰੱਸੀ ਲਾਊਂਗੇ ਕਿਉਂ ਸੂਰਾਂ ਦਾ ਪਤਾ ਨਹੀਂ ਜਦ ਸੂਰਾਂ ਨੂੰ ਇੱਕ ਵਾਰ ਪਤਾ ਲੱਗ ਗਿਆ ਇੱਥੇ ਤਾਂ ਉਹਨਾਂ ਨੇ ਜਦੇ ਫਿਰ ਪੱਟਣ ਲੱਗ ਜਾਣਾ ਸ਼ੁਰੂ ਕਰ ਦੇਣੀ ਇਹ ਕੰਡ ਜਿਹੀ ਹੋ ਗਈ ਉੱਪਰ ਇਹਦੀ ਮੀਂਹ ਦੀ ਹੁਣ ਥੋੜ੍ਹਾ ਜਿਹਾ ਔਖਾ ਨਿਕਲੂਗਾ ਬਾਕੀ ਬੀਜ ਪੱਟ ਕੇ ਦੇਖੇ ਪਰ ਹਾਲੇ ਮੈਨੂੰ ਤਾਂ ਲੱਗਦਾ ਨਹੀਂ ਵੀ ਸ਼ਾਇਦ ਤੁਰਿਆ ਹੋਊਗਾ ਤੁਰਨ ਲੱਗ ਗਿਆ ਬਾਈ ਆਹ ਜੜ ਦੀ ਫੜ ਲਈ ਨੇ ਨਿਕਲਣ ਲੱਗੀ ਮਤਲਬ ਨਿਕਲੂਗੀ ਹਾਲੇ ਲੱਗੂਗੀ ਚਾਰ ਪੰਜ ਦਿਨ ਹਾਲੇ ਕਿਉਂ ਉਹ ਜਿਹੜਾ ਪਾਦਰ ਬੀਜੀ ਹੈ ਛਿੱਟੇ ਵਾਲੀ ਉਹ ਵੀ ਹਫ਼ਤੇ ਬਾਅਦ ਨਿਕਲੀ ਦੀ ਚਲੋ ਦੇਖਦੇ ਹਾਂ ਇਹਨੂੰ ਸਰੋਂ ਦੇਖੋ ਕਿਵੇਂ ਠੰਡ ਜਿਹੇ ਕਰਕੇ ਪਤਾ ਨਹੀਂ ਕਿਵੇਂ ਸਿੱਧੀ ਜਿਹੀ ਹੋ ਗਿਆ ਦੇਖੋ ਸਿੱਧੇ ਜਿਹੇ ਫੁੱਲ ਹੋ ਗਏ ਨੀਚੇ ਦੇ ਸਿੱਧੇ ਜਿਹੇ ਫੁੱਲ ਹੋ ਗਏ ਵਧੀਆ ਹੋ ਗਿਆ ਇਹ ਤੁਰਨੇ ਨੂੰ ਨਹੀਂ ਤਾਂ ਔਖਾ ਹੁੰਦਾ ਕੱਲ੍ਹ ਵੀ ਬਾਈ ਉਹ ਉੱਥੇ ਸੂਰ ਕੱਲ੍ਹ ਗੰਨਾ ਘੜਦੇ ਤੇ ਬੰਦੇ ਇੱਧਰ ਅਤੇ ਉਹ ਉੱਧਰ ਚੁੱਕਦੇ ਅਤੇ ਉਹ ਨੀਵੀਂ ਕਣਕ 'ਚ ਸੂਰ ਅਤੇ ਬੰਦੇ ਗਏ ਵੀ ਹੈਗੇ ਤੇ ਪਰ ਕਿੱਥੇ ਕਾਬੂ ਆਉਂਦੇ ਇੱਕਣਾ ਇਹ ਤਾਂ ਕੁੱਤਿਆਂ ਨਾਲ ਜਾਂ ਰਫਨ ਨਾਲੇ ਲੋਟ ਆਉਂਦੇ ਆ ਉਹੀ ਪੰਜ ਸੂਰ ਦੋ ਬੜੇ ਤਿੰਨ ਛੋਟੇ ਉਹ ਉੱਥੇ ਦੇ ਕਣਕ 'ਚ ਇਹਨਾਂ ਨੇ ਪੱਕਾ ਹੀ ਇੱਥੇ ਡੇਰਾ ਲਾਇਆ ਹੋਇਆ
ਹਵਾ ਚੱਲਦੀ ਹੈ ਠੰਡੀ ਠੰਡੀ। ਆਹ ਗੰਨੇ ਦਾ ਵੀ ਬਹੁਤ ਨਾਸ ਮਾਰਿਆ ਹੋਇਆ ਬਾਈ, ਵਿੱਚ ਪਤਾ ਲੱਗਦਾ ਜਾਂ ਪਰਚੀ ਕੱਲ੍ਹ ਘੱਟਦੇ ਬਈਏ ਫਿਰ ਪਤਾ ਲੱਗਦਾ ਕਿਆ ਨਾਸ ਮਾਰਿਆ ਹੋਇਆ। ਤੁਹਾਨੂੰ ਵਿੱਚ ਵੜ ਕੇ ਵੀ ਦਿਖਾ ਦਿੰਦਾ, ਅੱਧਾ ਗੰਨਾ ਮਤਲਬ ਕਿ ਪੀਆ ਹਿੱਸਾ ਗੰਨਾ ਬਹੁਤਾ ਖਰਾਬ ਕਰਿਆ ਹੋਈ ਹੁੰਦਾ। ਆਹ ਦੇਖ ਲਓ ਕਿਵੇਂ ਆਹ ਸਾਰਾ ਸੂਰਾਂ ਨੇ ਕਿਵੇਂ ਖੁੱਲ੍ਹਾ ਕਰਿਆ ਪਿਆ। ਮੈਨੂੰ ਤਾਂ ਲੱਗਦਾ ਰਾਤ ਰੂਤ ਮੀਂਹ ਤੇ ਬਾਅਦ ਵੀ ਆ ਲਏ ਇਹ। ਆਹ ਦੇਖ ਲਓ ਕਿਆ ਹਾਲ ਕਰਿਆ ਵਾ, ਦੇਖੋ ਹਾਲ ਪੂਰੇ ਖਰਾਬ ਬਣਾਏ ਹੋਏ ਇਹਨਾਂ ਨੇ। ਹਾਲ ਸੂਰਾਂ ਨੇ ਗੰਨੇ ਦਾ ਹਾਲ ਦੇਖ ਲਓ ਕਿਆ ਕਰਿਆ ਹੋਇਆ। ਪਰ ਤੁਹਾਨੂੰ ਜਗ੍ਹਾ ਦਿਖਾਊਂਗਾ ਵਾਪਸ ਆਉਂਦੇ ਪਰ ਵੀ ਕਿੰਨੀ ਜਗ੍ਹਾ ਤੋਂ ਟਰਾਲੀ ਹੋਈ ਹੈ ਇਹ। ਆਹ ਤਾਂ ਤਾਜ਼ੀ ਪੱਟ ਹੋਇਆ ਵਾ, ਇਹ ਇੱਕ ਨਹੀਂ ਹੁੰਦੇ ਵੀ ਰਾਤ, ਇਹ ਕਿਆ ਦਿਨ ਰਾਤ ਦੇਖਦੇ ਹਾਂ। ਹੁਣ ਤਾਂ ਐਂ ਲੱਗਦਾ ਜਿਵੇਂ ਹੁਣੇ ਥੋੜ੍ਹੀ ਦੇਰ ਪਹਿਲਾਂ ਹੀ ਪੱਟ ਕੇ ਗਿਆ ਹੁੰਦਾ, ਇਹ ਤਾਜ਼ਾ ਪੱਟ ਹੋਇਆ ਹੋਇਆ। ਕਿਉਂ ਕਣਕਾਂ 'ਚ ਲੁਕੇ ਰਹਿੰਦੇ, ਤੁਹਾਨੂੰ ਅੱਗੇ ਵੀ ਦਿਖਾਇਆ ਤਾਂ ਉਹ ਦੇਖੋ ਕਿਆ ਹਰ ਕਿੰਨਾ ਜਗ੍ਹਾ ਖੁੱਲ੍ਹੀ ਹੋਈ। ਇੱਧਰ ਵੀ ਵੀਰ ਦਾ ਗੰਨਾ ਹੀ ਰਹਿ ਗਿਆ ਤਾਂ ਹੁਣ ਇੱਧਰ ਨੇੜੇ ਖੁੱਲ੍ਹਾ ਹੀ ਕਰਿਆ ਪਿਆ ਗੰਨਾ ਦੇ ਹਾਲ, ਸਾਰਾ ਗੰਨਾ ਖਰਾਬ ਕਰਿਆ ਪਿਆ। ਪਹਿਲਾਂ ਕਣਕਾਂ ਬਾਈ ਰੁਕੀਆਂ ਹੋਈਆਂ ਇਹਦੀਆਂ, ਹੁਣ ਮੀਂਹ ਜਦੋਂ ਆਪਣਾ ਧੁੱਪ ਜੀ ਠੰਡ ਤੋਂ ਥੋੜ੍ਹੀ ਧੁੱਪ ਜੀ ਨਿਕਲ ਲਈ ਗਰਮੈਸ਼ ਜੀ ਵੀ ਇੱਕ ਲੱਖ 'ਤੇ ਕੱਦ ਕੱਢ ਲਿਆ, ਦੇਖੋ ਕਿੱਥੇ ਕਿੱਥੇ ਤੱਕ ਆਈ ਹੋਈ ਹੈ। ਹਾਂ ਦੇਖ ਲਓ ਮੰਨ ਲਓ ਵੀ ਲੱਖ 'ਤੇ ਉੱਪਰ ਤੱਕ ਹੋਈ ਹੋਈ ਆ, ਪੂਰਾ ਕੱਦ ਕਰਿਆ ਹੋਇਆ ਕਣਕਾਂ ਨੇ, ਹੁਣ ਐਨ ਵਧੀਆ ਹੋ ਗਿਆ। ਪਰ ਇਹ ਬਚਾਓ ਹੋ ਗਿਆ, ਪਾਣੀ ਪੂਣੀ ਲਾਇਆ। ਆਹ ਮੈਂ ਜਿਹੜੇ ਤਿੰਨ ਦੋ ਤਿੰਨ ਦਿਨ ਪਹਿਲਾਂ ਲੱਤ ਦਾ, ਇਹਦਾ ਵੀ ਫਰਕ ਹੈ, ਥੋੜ੍ਹੀ ਜਿਹਾ ਰੇਤਲੀ ਧਰਤੀ ਆ, ਇਹ ਗਿਰਨ ਨਹੀਂ ਦਿੰਦੀ ਹੈਗੀ ਇੱਕ ਵਾਰ ਪਾਣੀ ਗਿੱਲੇ 'ਚ। ਬਹੁਤਾ ਸੁੱਕੇ ਖੇਤ ਵੀ ਜੇ ਪਾਣੀ ਹਵਾ ਹਨੇਰੀ ਆ ਜਾਵੇ ਤਾਂ ਵੀ ਗਿਰਦੀ ਆ, ਅਤੇ ਗਿੱਲੇ 'ਚ ਵੀ ਅਜੇ ਤਾਂ ਕੋਈ ਨਹੀਂ ਕੋਈ ਤੱਗੀ, ਇੰਨਾ ਸੁਗਰ ਕੋਈ ਹਵਾ ਨਹੀਂ ਪਈ ਹੈਗੀ। ਬਾਕੀ ਜਾ ਕੇ ਦੇਖਦੇ ਹਾਂ ਕਿ ਉਹਨਾਂ ਨੂੰ ਤਾਂ ਸੂਰਾਂ ਨੂੰ ਬਿੜਕਾ ਕੇ ਜਦੇ ਭੱਜ ਲੈਂਦੇ ਆ। ਕੱਲ੍ਹ ਇਸ ਟਾਈਮ ਉਹ ਵੀਰ ਵਾਲੀ ਛੋਟੀ ਕਣਕ 'ਤੇ ਮੈਂ ਤੁਹਾਨੂੰ ਦਿਖਾਉਂਦਾ ਵੀ ਉੱਥੇ ਐਨ ਦੋ ਤਿੰਨ ਕਿ ਥੋੜ੍ਹੇ ਬੱਚੇ ਜਿਹੜੇ ਉਹ ਪਹਿਲਾਂ ਨਿਕਲ ਕੇ ਫਿਰ ਖਾਣ ਖੂਣ ਲੱਗ ਜਾਂਦੇ ਆ, ਪਤਾ ਨਹੀਂ ਕਿਆ ਪੱਟਦੇ ਤੇ। ਭਾਈਆਂ ਨੇ ਬਥੇਰਾ ਜ਼ੋਰ ਲਾਇਆ ਬਾਈ ਗੰਡਾਸੇ ਲੈ ਕੇ, ਗੰਨਾ ਘੱਟਦੇ ਅਤੇ ਗੰਡਾਸੇ ਲੈ ਕੇ ਮਗਰ ਪੈ ਗਏ, ਪਰ ਕਿੱਥੇ ਲੋਟ ਆਉਂਦੇ ਆ ਇਹ। ਨਦੀ ਨੇੜੇ ਆ ਜਦੇ ਚੜ੍ਹ ਜਾਂਦੇ ਉੱਪਰ ਨੂੰ, ਕਿਤੇ ਕਿਤੇ ਤੱਗੀਆਂ ਇੱਕਣਾ ਟੇਢੀਆਂ ਹੀ ਹੋ ਗਈਆਂ ਬਾਈ, ਪਰ ਇੰਨਾ ਸ਼ੁਕਰ ਬਿਲਕੁਲ ਹੇਠਾਂ ਨਹੀਂ ਪਿਛੀਆਂ ਹੈਗੀਆਂ, ਮਾੜੀ ਮੋਟੀ ਟੇਢੀ ਜਿਹੀ ਹੋ ਗਈ। ਉਹ ਰਾਜੇ ਨਾ ਇਹਨਾਂ ਨੂੰ ਮੋਟਰ ਪਰ ਰਹਿਣ ਦਾ ਇਹ ਵੀ ਫਾਇਦਾ ਹੋ ਜਾਂਦਾ ਹੈ, ਫਿਰ ਉਰੇ ਪਾਲਣ ਪੁਲਣ ਦਾ ਚੁੱਕ ਲਿਆਉਂਦੇ ਆ, ਜਿਹੜੀਆਂ ਛੱਡਣ ਦੇ ਆ ਟੁੱਟੇ ਵੀ ਹੁੰਦੇ ਆ ਨਦੀ ਕਰਕੇ। ਕੱਲ੍ਹ ਇੱਧਰ ਸੀਗੇ ਬਾਈ, ਆਹ ਦੇਖੋ ਕੱਲ੍ਹ ਫਿਰ ਇੱਧਰ ਨੂੰ ਲੰਘ ਗਏ, ਆਹ ਕਿੰਨੀਆਂ ਪੇੜਾਂ। ਫਿਰ ਇਹਦੇ ਵਿੱਚ ਮੈਂ ਕਹਿੰਦਾ ਸੂਰਜ ਨਾਲੋਂ ਵੱਧ ਤਾਂ ਫਿਰ ਭਈਆਂ ਨੇ ਨਾਸ ਮਾਰਤੇ, ਇੱਧਰ ਘੁੰਮ ਘੁੰਮ ਕੇ ਦੇਖੋ ਵਿੱਚ ਲੱਭਣ ਲੱਗੇ ਹੋਏ ਤੇ ਬੁਰਾ ਹਾਲ ਕਰਤਾ। ਉੱਧਰ ਨੂੰ ਦਿਖਾਉਂਦਾ ਤੁਹਾਨੂੰ ਜਾ ਕੇ, ਉਹ ਕਹਿੰਦੇ ਅਸੀਂ ਗੰਡਾਸਿਆਂ ਨਾਲ ਇਹ 'ਚ ਮਾਰ ਦੇਣਾ, ਬੁਰਾ ਹਾਲ ਕਰਤਾ। ਕੱਲ੍ਹ ਭੱਜ ਭੱਜ ਕੇ ਕਣਕ ਦਾ ਇਹਦੇ ਵਿੱਚ ਲੱਭੀ ਗਏ, ਕਿ ਪਾਣੀ ਲੱਗਿਆ ਹੋਇਆ ਫਿਰ ਜਿੱਥੇ ਨੂੰ ਬੰਦਾ ਲੰਘਦਾ ਉੱਥੇ ਨੂੰ ਫਿਰ ਲੈਣ ਗਿਰਦੀ ਚਲੀ ਜਾਂਦੀ ਹੈ। ਆਹ ਦੇਖ ਲਓ
ਆ ਦੇਖੋ ਬੜੀ ਕਣਕ ਇਹਦੇ ਵਿੱਚ ਲੁਕੇ ਰਹਿੰਦੇ ਆ ਦੇਖੋ ਕਿਵੇਂ ਗਾਹ ਪਾਇਆ ਹੋਇਆ ਬਾਕੀ ਅੱਜ ਤਾਂ ਸ਼ਾਇਦ ਹੁਣ ਦੋ ਤਿੰਨ ਦਿਨ ਲਗਾਤਾਰ ਇੱਥੇ ਹੀ ਦੇਖਦੇ ਤੇ ਇੱਥੇ ਉਹ ਹੁਣ ਵੀ ਕਿਆ ਪਤਾ ਇੱਧਰ ਉੱਧਰ ਲੁਕੇ ਹੋਣ ਬਈ ਐ ਨਹੀਂ ਪਤਾ ਲੱਗਦਾ ਚਲੋ ਉੱਧਰ ਤੁਹਾਨੂੰ ਉਹ ਗੰਨੇ ਦਾ ਵੀ ਹਾਲ ਦਿਖਾਉਂਦੇ ਜਿਹੜਾ ਪਰਾਂ ਬੀਜਿਆ ਇੱਧਰ ਤਾਂ ਇਹ ਆਮ ਜਿਹੀ ਰਹਿੰਦੇ ਆ ਬਾਈ ਲੁਕਣ ਨੂੰ ਥਾਂ ਬਹੁਤ ਆ ਉਹਦੇ ਇਸ ਕਰਕੇ ਉਹਨਾਂ ਦੀ ਕਰਕੇ ਫਰਕ ਦੇਖੋ ਬਾਈ ਕਣਕ ਦਾ ਆ ਪਹਿਲਾਂ ਬੀਜੀ ਦੀ ਪਹਿਲੀ ਵਾਰ ਦੀ ਇਹ ਦੋ ਤਿੰਨ ਵਾਰ ਬੀਜ ਹੋਲੀ ਤੀਹ ਵਾਰ ਦੀ ਆ ਇਹ ਨਹੀਂ ਤਾਂ ਇੱਕਣਾ ਦੀ ਕਣਕ ਹੋਣੀ ਸੀ ਸਾਡੇ ਪਹਿਲਾਂ ਨੁਕਸਾਨ ਹੋ ਲਿਆ ਬੀਜਣ ਟਾਈਮ 'ਤੇ ਕਈ ਜਗ੍ਹਾ 'ਤੇ ਹੁਣ ਨੁਕਸਾਨ ਹੋ ਗਿਆ ਬਾਈ ਹੁਣ ਵਾਲਾ ਨੁਕਸਾਨ ਥੋੜ੍ਹਾ ਜਿਹਾ ਬਾਈ ਆਹ ਨਹੀਂ ਜਰ ਹੁੰਦਾ ਜਿਹੜਾ ਹੁਣ ਹੁੰਦਾ ਅਤੇ ਔਖਾ ਲੱਗਦਾ ਬਾਈ ਸਮਝ ਲਓ ਪੱਕੀ ਉਹ ਫਸਲ ਆ ਲਾ ਲਓ ਇੱਕ ਤਰ੍ਹਾਂ ਦੀ ਹੋਰ ਮਹੀਨੇ ਤੱਕ ਫਸਲ ਆਉਣ ਵਾਲੀ ਹੋ ਜਾਵੇ ਆਪਣੀ ਖਰਾਬ ਹੋ ਜਾਵੇ ਤਾਂ ਕਿੰਨਾ ਦੁੱਖ ਲੱਗਦਾ ਮੈਂ ਇੱਕ ਖਬਰ ਸੁਣ ਰਿਹਾ ਸੀ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਬਾਈ 20 ਕਿੱਲੇ ਠੇਕੇ ਪੈਲੀ 'ਤੇ ਲਏ ਹੋਏ 60,000 ਨੂੰ ਅਤੇ ਸਾਰੇ ਖਰਾਬ ਹੋ ਗਏ ਦੇਖੋ ਪਹਿਲਾਂ ਕਹਿੰਦੇ ਜੀਰੀ ਵੀ ਖਰਾਬ ਹੋ ਗਈ ਸੀ ਹੁਣ ਕਣਕ ਦਾ ਵੀ ਉਹਨਾਂ ਨੇ ਮਾਰਦਾ ਠੇਕਾ ਵੀ ਗਲ ਪੈ ਗਿਆ ਆ ਇਹਨ ਦਿੱਕਤਾਂ ਕਰਕੇ ਬਈ ਮੈਂ ਕਹਿੰਦਾ ਵੀ ਕੁਛ ਨਹੀਂ ਹੈਗਾ ਖੇਤੀ 'ਚ ਵੀ ਹੁਣ ਸਾਰਾ ਕੰਮ ਔਖਾ ਹੋ ਗਿਆ ਅਤੇ ਤਾਂ ਹੀ ਫਿਰ ਨਿਆਣੇ ਨੁਆਣੇ ਨੂੰ ਬਾਹਰ ਬਾਈ ਭੇਜਦੇ ਹਾਂ ਵੀ ਚਲੋ ਜਿਹੜੀ ਦਿਹਾੜੀ ਲਾਈ ਉਹ ਆਪਣੀ ਉਹ ਤਾਂ ਹੈਗੀ ਉਹਦੇ ਤਾਂ ਕੋਈ ਪਤਾ ਨਹੀਂ ਫਸਲ ਹੁਣ ਠੀਕ ਦਿਖ ਰਹੀ ਆ ਕੱਲ੍ਹ ਨੂੰ ਕਿਆ ਹੋਣਾ ਜਦ ਤੱਕ ਵੱਢ ਕੇ ਘਰ ਆਪਣੇ ਆਪਣੇ ਘਰ ਮੰਡੀ ਗੇਰ ਕੇ ਆਪਣੇ ਘਰ ਨਹੀਂ ਆਉਂਦੇ ਜਦ ਤੱਕ ਕੋਈ ਪਤਾ ਨਹੀਂ ਤਾ ਯਾਰ ਦੇਖੋ ਇੱਥੇ ਤਾਂ ਕਿੰਨਾ ਗਾਹ ਪਾਇਆ ਹੋਇਆ ਉਹਦੇ ਤਾਂ ਬਹੁਤੇ ਹੀ ਗਾਹ ਪਾ ਤੇ ਹੁਣ ਥੋੜ੍ਹਾ ਜਿਹਾ ਬਾਈ ਸਰਕਾਰਾਂ ਤਾਂ ਹੈ ਸੀ ਥੋੜ੍ਹਾ ਜਿਹਾ ਰੱਬ ਵੀ ਥੋੜ੍ਹਾ ਜਿਹਾ ਬੈਰੀ ਹੋ ਗਿਆ ਜ਼ਿਮੀਂਦਾਰਾਂ ਦਾ ਦੋ ਆਹੀ ਵਾਰ ਫਸਲਾਂ ਚੱਕਣੇ ਨੁਕਸਾਨ ਹੁੰਦਾ ਤੁਸੀਂ ਦੇਖਿਆ ਪਹਿਲਾਂ ਵੀ ਜੀਰੀ 'ਚ ਵੀ ਆ ਹੁਣ ਕਣਕ 'ਚ ਵੀ ਸਰਕਾਰ ਦੀ ਮਾਰ ਤਾਂ ਝੱਲ ਹੋ ਜਾਂਦੀ ਹੈ ਰੱਬ ਦੀ ਮਾਰ ਥੋੜ੍ਹੀ ਔਖੀ ਆ ਬਾਈ ਥੋੜ੍ਹੀ ਕਿਆ ਬਹੁਤੀ ਜ਼ਿਆਦਾ ਔਖੀ ਆ ਬਾਈ ਇਹ ਤਾਂ ਆਸਾਂ ਲਾਈਆਂ ਹੋਈਆਂ ਵੀ ਚਾਰ ਪੈਸੇ ਆਉਂਗੇ ਲਓ ਬਾਈ ਇੱਧਰ ਆਪਣਾ ਗੰਨਾ ਜਿਹੜਾ ਬੀਜਿਆ ਹੋਇਆ ਅਤੇ ਇੱਦਾਂ ਪਾਣੀ ਵੀ ਲਾਤਾ ਪੇਪਰ 'ਤੇ ਮੀਂਹ ਵੀ ਪੈ ਗਿਆ ਹੁਣ ਦੇਖਦੇ ਹਾਂ ਇਹਨੂੰ ਅਤੇ ਕੱਖ ਵੀ ਜੰਮਣ ਲੱਗ ਗਿਆ ਗੰਨਾ ਜੰਮਿਆ ਨਹੀਂ ਕੱਖ ਪਹਿਲਾਂ ਜੰਮਣ ਲੱਗ ਗਿਆ ਦੇਖੋ ਕਿੰਨਾ ਕੱਖ ਜੰਮਣ ਲੱਗ ਗਿਆ ਦੇਖਦਾ ਜੇ ਵੱਤ ਜਿਹਾ ਆ ਗਿਆ ਜੇ ਨਾ ਗੰਨਾ ਤਾਂ ਇਹਨੂੰ ਰੂਟਾਵੀਟਰ ਘੁਮਾ ਦੇਣਾ ਬਾਈ ਪਤਲਾ ਪਤਲਾ ਜਿਹਾ ਪਰ ਥੋੜ੍ਹਾ ਜਿਹਾ ਖਾਲ ਕਰਕੇ ਔਖਾ ਹੋਣਾ ਚਲੋ ਦੇਖੀ ਜਾਓਗੇ ਇੱਕ ਅੱਧੀ ਵਾਰ ਵਿੱਚ ਨੂੰ ਪਰ ਰੂਟਾਵੀਟਰ ਨਾਲ ਅੱਕਣਾ ਜੀ ਵਧੀਆ ਬਣ ਜੂਗਾ ਫਿਰ ਇਹ ਜੰਮਣਾ ਵੀ ਸੌਖਾ ਹੋ ਜੂਗਾ ਇਹਨੂੰ ਨਾਲੇ ਕੱਕਣ ਦਾ ਐਨ ਫਿਰ ਮਲ ਹੋ ਜੂਗਾ ਜਾਂ ਫਿਰ ਇਹਨੂੰ ਆਪਾਂ ਝਟਪਟ ਸਪਰੇਅ ਕਰੂੰਗੇ ਕਿਉਂ ਦੂਜੀ ਸਪਰੇਅ ਦਾ ਫਿਰ ਬੂਟਿਆਂ ਨੂੰ ਥੋੜ੍ਹਾ ਅਸਰ ਹੋ ਜਾਂਦਾ ਤਾਂ ਇਹਦੇ ਕਰਕੇ ਝਟਪਟ ਦਾ ਕੁਛ ਨਹੀਂ ਕਹਿੰਦੀ ਹੈਗੀ ਝਟਪਟ ਕਰਨੀ ਪਊਗੀ ਕੱਖ ਬਹੁਤ ਤੁਰਿਆ ਮੀਂਹ ਕਰਕੇ ਆਹ ਦੇਖੋ ਮਾਰਦਾ ਹਰਿਆ ਜੀ
ਕੱਖ ਹੋ ਗਿਆ ਨਾਲੇ ਖੇਤ ਵਿਹਲਾ ਪਿਆ ਤਾ ਇਹ ਦੇ ਲਓ ਇਸੇ ਕਰਕੇ ਵਾਹ ਵਾਹ ਕੇ ਵਿਹਲਾ ਵਿਹਲਾ ਹੱਡਾ ਉਹਦੇ ਕੱਖ 'ਚ ਮਰ ਜੂਗਾ ਪਰ ਨਹੀਂ ਕਿਤੋਂ ਛੱਡੀ ਵੀ ਟੇਢੀ ਹੋ ਗਈ ਇਹ ਵੀ ਸਿੱਧੀ ਕਰਾਊਂਗਾ ਥੋੜ੍ਹਾ ਪੈਰ 'ਚ ਖੜਨ ਲੱਗ ਜਾਵੇ ਉਹ ਮੈਨੂੰ ਲੱਗਦਾ ਤਬਾਹੀ ਨਹੀਂ ਹੋਈ ਹੋਈ ਇੱਕ ਉਹ ਛੱਟੀ ਹੋਈ ਵੀ ਇੱਕ ਉਹ ਦੋ ਛੱਟੀਆਂ ਵਿੱਕੀਆਂ ਹੋ ਗਈਆਂ ਇਹਨਾਂ ਨੂੰ ਕਰਾਊਂਗਾ ਸਿੱਧੀਆਂ ਬੜੀ ਬੜੀ ਛੱਟੀਆਂ ਇੱਧਰ ਲਾਤੀਆਂ ਪਰਲੀ ਸਾਈਡ ਛੋਟੀ ਛੱਟੀ ਕਰਤੀ ਉੱਧਰ ਤਾਂ ਹਵਾ ਪੈਂਦੀ ਰਹਿਣੀ ਹੈ ਅਤੇ ਇੱਧਰ ਵੀ ਮੂਹਰੇ ਛੋਟੀ ਛੱਟੀ ਅਤੇ ਕੱਲ੍ਹ ਵੀਰ ਨੇ ਇੱਥੇ ਤਾਂ ਘੜੀ ਆਹੋ ਟਰਾਲੀ ਮੈਂ ਕਹਿੰਦਾ 2 ਵਿੱਘੇ ਦੇ ਗੇੜ 'ਚ ਘੜ ਹੋ ਗਿਆ ਹੁਣ ਤਾਂ ਜਾ ਕੇ ਕਿਤੇ ਆ ਟਰਾਲੀ ਹੋਈ ਕਿਉਂ ਸੂਰਾਂ ਨੇ ਖਰਾਬ ਕਰਿਆ ਹੋਇਆ ਤਾਂ ਬਾਕੀ ਇੱਧਰ ਨੂੰ ਕੱਟ ਕੇ ਲਿਆ ਅੱਧੀ ਕੁ ਅੱਧੀ ਉੱਥੀ ਲੱਦੀ ਜਿੱਥੇ ਖੜੀ ਆ ਫਿਰ ਵੀ ਇੱਥੇ ਫਸ ਗਿਆ ਤਾਂ ਕੱਲ੍ਹ ਗਾਹ ਪਿਆ ਪੂਰਾ ਹਾਂ ਦੇਖੋ ਖਿੱਚ ਗਈ ਬਾਹਰ ਕੱਢੀ ਹੋਈ ਆ ਟਾਇਰ ਤਾਂ ਘੁੰਮ ਹੀ ਨਹੀਂ ਹਾਂ ਦੋ ਟਰੈਕਟਰ ਪਏ ਹੋਏ ਆ ਕਿੱਥੇ ਛੱਡਦੇ ਨਾਲੇ ਅੱਧੀ ਟਰਾਲੀ ਤੀ ਅੱਧੀ ਅੱਧੇ ਤੇ ਥੋੜ੍ਹੀ ਵੱਧ ਹੈ ਉੱਥੇ ਖੜਾ ਕੇ ਲੱਦ ਲਈ ਬਾਕੀ ਇੱਥੇ ਲੱਦੀ ਆ ਹਾਂ ਦੇਖੋ ਪੂਰਾ ਗਾਹ ਪਿਆ ਚਲੋ ਚੱਲਦੇ ਹੁਣ ਘਰੇ ਦੇਖਦੇ ਹਾਂ ਜਸ਼ਨ ਨੇ ਕਿੰਨਾ ਕੁ ਆਪਣਾ ਨਟ ਖੋਲ ਤੇ ਪੁੱਛਦਾ ਉਹਨੂੰ ਸੁਰਿੰਦਰ ਇੱਥੇ ਲਾਈ ਜਾਂਦਾ ਤੂੰ ਆਹ ਪੱਧਰਾ ਕਰਨਾ ਏ ਹਾਂ ਮੈਂ ਕਹਿੰਦਾ ਬਾਲਣ ਪਰੇ 2-4 ਦਿਨ ਝੱਟ ਲਾ ਲਈ ਤੁਸੀਂ ਤੁਹਾਨੂੰ ਕਿਆ ਦਿਖਿਆ ਮਿਲਣਾ ਹੀ ਨਹੀਂ ਤਾਂ ਮੁੜ ਕੇ ਹੈਂ ਭਿੰਡੀ ਦੇ ਲਾ ਤੇ ਵਿੱਚ ਵਿੱਚ ਬਈ ਉੱਥੇ ਲਾ ਤੇ ਸਬਜ਼ੀ ਖਾਣ ਨੂੰ ਹੈ ਕੋਈ ਗੱਲ ਨੀ ਕੋਈ ਗੱਲ ਨੀ ਤੂੰ ਲਾ ਦਿੰਦੇ ਆ ਲਿਆਏਂਗੇ ਹੋਰ ਲਿਆਊਂਗਾ ਖੀਰੇ ਖੁਰੇ ਕਿਤੇ ਇਹਨੇ ਉਹਦੇ ਵਿੱਚ ਲਾ ਤੇ ਸਬਜ਼ੀਆਂ ਮੈਂ ਲਾ ਦੇ ਠੀਕ ਆ ਲਓ ਜੀ ਬਾਈ ਖੇਤ 'ਚੋਂ ਘੁੰਮ ਕੇ ਇੱਧਰ ਆ ਗਿਆ ਘਰੇ ਅਤੇ ਜਸ਼ਨ ਨੇ ਪਹਿਲਾਂ ਹੁਣ ਤਾਂ 2 ਘੰਟੇ ਹੋ ਕੇ ਵਿਹਲਾ ਹੋਇਆ ਹੈ ਨਾ ਤੋ ਅੱਧੇ ਕੁ 2 ਘੰਟੇ ਡੇਢ 'ਚ ਨੇ ਡੇਢ ਘੰਟਾ ਲਾਇਆ ਘੰਟਾ ਡੇਢ ਘੰਟਾ ਹੀ ਲਾਇਆ ਡੇਢ ਕੁ ਲੱਗਿਆ ਅੱਧੇ ਪਲੇਟ ਖੋਲਤੇ ਨੇ ਬਾਈ ਪਰਲੀ ਸਾਈਡ ਦੇ ਸਾਰੇ ਖੋਲਤੇ ਉਹ ਦੇਖੋ ਬੈਕ ਕੈਮਰਾ ਕਰਕੇ ਦਿਖਾਉਣਾ ਹੈਂ ਅੱਧੇ ਤੋਂ ਵੱਧ ਖੁੱਲ੍ਹ ਗਏ ਕਿਉਂ ਕਿੰਨੇ ਲੈਣੇ ਹਾਂ 4-5 ਖੋਲਤੇ ਸਹੀ ਗੱਲ ਹੈ ਹਰੇਕ ਫੱਟੀ 'ਚੋਂ 5-5 ਖੋਲਤੇ 4-4 ਰਹਿ ਗਏ ਆਹ ਦੇਖੋ ਬਾਈ ਇੱਥੇ ਪਰਾਂ ਸਾਰੇ ਖੋਲਤੇ ਹੇਠਾਂ ਤੱਕ ਇਹਦਾ ਬਹੁਤ ਫਰਕ ਹੈ ਨਾ ਬਾਈ ਨਟ ਨੁਟ ਐਨ ਚਾਬੀ ਚੁਬੀ ਪੈ ਜਾਂਦੇ ਜਿਹੜੇ ਦੂਜੇ ਸਿੰਗਲ ਵਾਲੇ ਆ ਉਹਦਾ ਹੱਥ ਬਹੁਤ ਵਧਾਏ ਪਹਿਲਾਂ ਕੇ ਐੱਸ 'ਚ ਬਹੁਤ ਨੇੜੇ ਨੇੜੇ ਦਾ ਡਬਲ ਵਾਲਾ ਨਜ਼ਾਰਾ ਹੈ ਕਈ ਕਿ ਵੀ ਡਬਲ ਵਾਲਾ ਜ਼ੋਰ ਲੈਂਦਾ ਕੋਈ ਜ਼ੋਰ ਨਹੀਂ ਲਿਆ ਵਧੀਆ ਚੱਲਦਾ ਬਾਈ ਰਿਪਰ ਇਹ ਜਗਤ ਜੀਤ ਦਾ ਅਤੇ ਬਾਕੀ ਆਹ ਠੀਕ ਆ ਇਹ ਘੁੰਮਾ ਕੇ ਹੀ ਪੈ ਜਾਣੇ ਹੈ ਇਹ 'ਚ ਘੁੰਮਾ ਕੇ ਪੈਣੇ ਖਰਾਬ ਵਾਲੇ ਇੱਧਰ ਹੈ ਅੱਛਾ ਇਹ ਤਾਂ ਫਿਰ ਥੋੜ੍ਹੇ ਹੀ ਨਿਕਲੇ ਹੈ ਨਾ ਜ਼ਿਆਦਾ ਤਾਂ ਖਰਾਬ ਹੀ ਹੈ ਚੱਲ ਕੋਈ ਗੱਲ ਨਹੀਂ ਲਿਆ ਕੇ ਪਾ ਦਾਂਗੇ ਪਲੇਟ ਵਧੀਆ ਚੱਲੇ ਬਾਈ ਜਿਹੜੇ ਆਹ ਮਤਲਬ ਕਿ ਪਿਛਲੀ ਵਾਰ ਪਾਏ ਆ ਸ਼ਾਰਪ ਦੇ ਪਲੇਟ ਦੇ ਇਹ ਅਤੇ ਵਧੀਆ ਚੱਲੇ ਆ ਬਾਈ ਆਹ ਦੇਖੋ ਇੱਕ ਸਾਈਡ ਆਹ ਕਹਿੰਦੇ ਇੱਕ ਸਾਈਡ ਪੂਰੀ ਖੜੀ ਹੈ ਨਾ ਫਿਰ ਵੀ ਐਨ ਸਿਰੇ ਤੱਕ ਖੜੀ ਹੈ
ਬਾਈ ਸ਼ਾਰਪ ਦੇ ਨਹੀਂ ਕਹਿੰਦੇ ਬਲੇਟ ਕੁਛ ਵਿੱਚ ਸ਼ਾਰਪ ਦੇ ਵੀ ਹੈਗਾ, ਬਾਕੀ ਕਟਰ ਕਿੰਗ ਦੇ ਬਲੇਟ ਜੀ, ਕਟਰ ਕਿੰਗ ਦੇ ਬਲੇਟ ਬਾਈ ਆਹ ਵੀ ਦੇਖੋ, ਕਟਰ ਕਿੰਗ ਦੇ ਬਲੇਟ ਹੈ, ਵਧੀਆ ਬਲੇਟ ਚੱਲਿਆ ਬਾਈ ਇਹ, ਐਨ ਵਧੀਆ, ਮਤਲਬ ਕਿ ਆਹ ਦੇਖੋ ਪੂਰਾ ਦੂਜੀ ਸਾਈਡ ਪੂਰਾ ਖੜ੍ਹਾ, ਇੱਧਰ ਵੀ ਪੂਰੀ ਉਹ ਖੜ੍ਹੀ ਆ ਕਿਨਾਰੀ ਆ ਦੇਖੋ, ਆਹ ਲਿਖਿਆ ਦੇਖੋ ਇਹ ਕਟਰ ਕਿੰਗ ਦੇ ਬਲੇਟ 'ਤੇ ਬਾਈ, ਆਹੀ ਲੈ ਕੇ ਆਉਣੇ, ਨਾਲੇ ਤਾਂ ਰੇਟ ਘੱਟ ਹੈ। ਅਤੇ ਮੀਟਰ ਦੇ ਗਿਆ ਥੋੜ੍ਹਾ ਜਿਹਾ, ਹਾਂ ਸਾਰੀ ਲਾਈਨ ਦੇਖੋ ਉਹੀ ਐਨ ਠੀਕ ਖੜ੍ਹੀ ਆ, ਇਹ ਕੁਛ ਹੈ ਕਿ ਆਹ ਪਤਾ ਨਹੀਂ ਪਹਿਲੇ ਤੇ ਸ਼ਾਇਦ ਇਹਦੇ, ਅਤੇ ਮਤਲਬ ਕੋਈ ਟੁੱਟਿਆ ਨਹੀਂ ਕੋਈ ਕੁਛ ਨਹੀਂ, ਵਧੀਆ ਪਲੇਟ ਖੜ੍ਹੇ ਤੇ, ਇਹਦੇ ਵਿੱਚ ਵੀ ਹੈਗੇ ਕਈ ਆ ਕਟਰ ਕਿੰਗ ਦੇ ਵੀ, ਇਹ ਘੁੰਮ ਕੇ ਹੀ ਪੈ ਜਾਣੇ ਐਤਕੀ, ਆਹ ਕਟਰ ਕਿੰਗ ਦਾ ਹੀ ਹੈ ਵੀ, ਆਹ ਨਿਸ਼ਾਨ ਜਾ ਇਹਨੂੰ, ਅੱਧੇ ਨਾਟੀ ਨੇ ਅੱਜ ਖੋਲ ਤੇ ਅੱਧੇ ਕੱਲ੍ਹ ਨੂੰ, ਬਾਕੀ ਇਹਨੂੰ ਫਿਰ ਕਸਣ ਨੂੰ ਲਾ ਦੇਣਾ, ਫਿਰ ਬਲੇਟ ਦੇ ਬਲੇਟਾਂ ਦਾ ਹੀ ਥੋੜ੍ਹਾ ਜ਼ਿਆਦਾ ਹੁੰਦਾ, ਪਰ ਇਹਦਾ ਸੌਖਾ ਹੀ ਆ, ਬਾਕੀ ਤਾਂ ਗਰੀਸ ਗਰੂਸ ਮਾਰ ਕੇ ਓਕੇ ਪਏ ਆ ਸਾਰੇ ਬੈਰਿੰਗ, ਇੱਕ ਵਾਰ ਚੈੱਕ ਕਰਨਾ, ਇੱਕ ਥੋੜ੍ਹਾ ਰੀਲ ਦਾ, ਇਹਦਾ ਕੋਈ ਇੰਨਾ ਜ਼ਿਆਦਾ ਮੈਨੂੰ ਤੂੜੀ ਵਾਲੇ ਦਾ ਕੋਈ ਕੰਮ ਨਹੀਂ ਹੈਗਾ, ਬਾਕੀ ਆਪਾਂ ਪੱਖੇ ਪੁੱਖੇ ਫਿਰ ਖੋਲ੍ਹ ਕੇ ਦੇਖ ਲਵਾਂਗੇ ਵੀ ਕਿਆ ਕੁਛ ਹੈਗਾ ਹੈ, ਇਹਦਾ ਇੰਨਾ ਕੋਈ ਖਾਸ ਕੰਮ ਹੈ ਨਹੀਂ, ਕਿ ਜਿਹੜੇ ਬੈਰਿੰਗ ਨੂੰ ਜਾਂਦਾ ਹੋਇਆ ਉਹ ਨਾ ਪੱਟਣੇ 'ਚ ਫਾਇਦਾ ਆਪਾਂ ਨੂੰ, ਜਿਹਨੂੰ ਐਨ ਵਧੀਆ ਇੱਕਣੇ ਗਰੀਸ ਜਾਂਦੇ, ਕਿਉਂ ਪੱਟੇ ਪੁੱਟੇ ਦੇ ਫਿਰ ਗਰੀਸ ਗਰੂਸ ਜਾਣੇ ਦੇ ਹਟ ਜਾਂਦਾ, ਫਿਰ ਔਖਾ ਹੋਇਆ, ਹੁਣ ਨਾਲ ਦੇ ਬੈਰਿੰਗ ਆ ਵਧੀਆ, ਇਹਦੇ ਬੜੇ ਬੈਰਿੰਗ ਆ ਨਾਲੇ ਬਾਈ, ਜਿਹੜੀ ਦੂਜੀ ਦੀ ਉਹਨੂੰ ਉਰੇ ਵੀ ਛੋਟਾ ਤਾ, ਇਹਨੂੰ ਉਰੇ ਵੀ 210 ਨੰਬਰ ਹੈ, ਉਹਨੂੰ 9 ਨੰਬਰ ਦਾ ਕੇ ਇਸ ਨੂੰ, ਅਤੇ ਸਾਰੇ ਬੜੇ ਬੈਰਿੰਗ ਆ ਇੱਧਰ 11 ਆ ਗਏ, ਅਤੇ ਵਧੀਆ ਇਸ ਕਰਕੇ ਕੋਈ ਇੰਨਾ ਫਰਕ ਨਹੀਂ ਪੈਂਦਾ ਹੈਗਾ, ਇੰਨੇ ਚੋਲ ਚੋਲਣੇ ਦਾ ਮਤਲਬ ਇਹਨੂੰ ਸ਼ਾਫਟ ਸ਼ੂਟ ਨੂੰ ਕੋਈ ਇੰਨਾ ਫਰਕ ਨਹੀਂ ਪੈਂਦਾ, ਵਧੀਆ ਚੱਲਦੀ ਆ। ਚਲੋ ਠੀਕ ਹੈ ਜੀ, ਆਹ ਵੀਡੀਓ ਇੱਥੇ ਤੱਕ ਸੀ, ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ।